ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤ ਇੱਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਘੋੜੀਆਂ ਨਾਲ ਸੰਬੰਧਿਤ ਵੱਡੇ ਪ੍ਰਸ਼ਨ ਉੱਤਰ ਯਾਦ ਕਰਾਂਗੇ ਤੇ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਵੇਖਿਓ ਤਾਂ ਕਿ ਤੁਹਾਡੇ ਸਾਰੇ ਕੁਐਸਚਨ ਚੰਗੀ ਤਰ੍ਹਾਂ ਯਾਦ ਹੋ ਸਕਣ ਸੱਲਾਹ ਪ੍ਰਸ਼ਨ ਦੇਖੋ ਸਾਡਾ ਹਰਿਆਣੀ ਮਾਨਲਨ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਕਿਵੇਂ ਵਿਸ਼ੇਸ਼ ਤੇ ਵਿਲੱਖਣ ਦਰਸਾਇਆ ਗਿਆ ਹੈ ਕੁਐਸਚਨ ਨੂੰ ਸਮਝੋ ਪਹਿਲਾਂ ਚੰਗੀ ਤਰ੍ਹਾਂ ਵਿਸ਼ੇਸ਼ ਹੁੰਦਾ ਖਾਸ ਤੇ ਵਿਲੱਖਣ ਹੁੰਦਾ ਵੱਖਰਾ ਸਾਰਿਆਂ ਨਾਲੋਂ ਤੇ ਕਿਸ ਤਰ੍ਹਾਂ ਦਰਸਾਇਆ ਗਿਆ ਤਾਂ ਇਹਦੇ ਵਿੱਚ ਦੇਖੋ ਵਿਆਹ ਜਾਣ ਵਾਲਾ ਮੁੰਡਾ ਜਨਮ ਤੋਂ ਹੀ ਘਰ ਨੂੰ ਹਰਾ ਭਰਾ ਕਰਨ ਵਾਲਾ ਤੇ ਭਾਗਾਂ ਭਰਿਆ ਸੀ ਜਿਸ ਦਿਨ ਉਸਨੇ ਜਨਮ ਲਿਆ ਸੀ ਉਹ ਦਿਨ ਵੀ ਭਾਗਾਂ ਭਰਿਆ ਸੀ ਤੇ ਉਸਨੂੰ ਜੰਮਦੇ ਹੀ ਰੇਸ਼ਮ ਦੇ ਕੱਪੜਿਆਂ ਵਿੱਚ ਲਪੇਟਿਆ ਗਿਆ ਸੀ ਤੇ ਉਸਨੂੰ ਦਾਈਆਂ ਤੇ ਮਾਈਆਂ ਨੇ ਚੁੱਪ-ਚੁੱਪ ਕੇ ਖੜਾਇਆ ਸੀ ਦੇਖੋ ਪੈਣਾ ਨੇ ਨਹਾ ਤੋ ਆ ਕੇ ਉਸਨੂੰ ਰੇਸ਼ਮ ਦੇ ਕੱਪੜਿਆਂ ਵਿੱਚ ਲਪੇਟ ਕੇ ਕੁੱਛੜ ਚੁੱਕਿਆ ਸੀ ਕੁੱਛੜ ਹੁੰਦਾ ਗੋਦੀ ਚੁੱਕਣਾ ਠੀਕ ਹੈ ਵੀ ਇਸ ਤਰ੍ਹਾਂ ਉਹਨਾਂ ਨੇ ਚੁੱਕਿਆ ਸੀ ਤਾਂ ਹਰਿਆਣੀ ਮਾਲਣ ਘੋੜੀ ਦੇ ਵਿੱਚ ਇਸ ਦੇ ਵਿੱਚ ਉਸ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਦੱਸੀ ਗਈ ਹੈ। ਅਗਲਾ ਪ੍ਰਸ਼ਨ ਦੇਖੋ ਹਰਿਆਣੀ ਮਾਲਣ ਘੋੜੀ ਵਿੱਚ ਮੁੰਡੇ ਦੇ ਜੰਮਣ ਤੇ ਕਿਹਨੂ-ਕਿਹਨੂ ਤੇ ਕਿਹੜੇ-ਕਿਹੜੇ ਤੋਹਫੇ ਦਿੱਤੇ ਗਏ? ਤਾਂ ਦੇਖੋ ਤੁਸੀਂ ਉਹ ਘੋੜੀ ਨੂੰ ਪਹਿਲਾਂ ਯਾਦ ਕਰ ਸਕਦੇ ਹੋ ਵੀ ਕਿਹੜੇ-ਕਿਹੜੇ ਤੋਹਫੇ ਕਿਹਨੂ-ਕਿਹਨੂ ਦਿੱਤੇ ਗਏ ਸੀ। ਤਾਂ ਮੁੰਡੇ ਦੇ ਜੰਮਣ ਉੱਤੇ 5-5 ਰੁਪਏ ਉਸ ਨੂੰ ਪਾਲਣ ਤੇ ਖੜਾਉਣ ਵਾਲੀਆਂ ਦਾਈਆਂ ਤੇ ਮਾਈਆਂ ਨੂੰ ਦਿੱਤੇ ਗਏ ਸੀ ਤੇ ਭੈਣਾਂ ਨੂੰ ਰੇਸ਼ਨ ਦੇ ਤੌਰ ਦਿੱਤੇ ਗਏ ਸਨ। ਹਰਿਆਣੀ ਮਾਲਣ ਘੋੜੀ ਵਿੱਚ ਮਾਲਣ ਨੇ ਵਿਆਹੰਦੜ ਮੁੰਡੇ ਲਈ ਕਿਸ ਪ੍ਰਕਾਰ ਦਾ ਵਿਸ਼ੇਸ਼ ਸੇਰਾ ਤਿਆਰ ਕੀਤਾ ਸੀ ਦੇਖੋ ਵੀ ਜਿਹਦੇ ਵਿੱਚ ਕੀ ਸੀ ਮਾਲਣ ਨੇ 1 ਲੱਖ ਚੰਬੇ ਦੇ ਤੇ 2 ਲੱਖ ਮਰੂਏ ਦੇ ਫੁੱਲ ਗੁੰਦ ਕੇ ਸੇਰਾ ਤਿਆਰ ਕੀਤਾ ਸੀ ਤੇ ਉਹ ਇਸ ਦਾ ਮੁੱਲ ਸੀ ਜਿਹੜਾ ਉਹ 3 ਲੱਖ ਰੁਪਏ ਦੱਸਦੀ ਸੀ ਠੀਕ ਹੈ 3 ਲੱਖ ਰੁਪਏ ਦਾ ਤੁਹਾਡਾ ਸੇਰਾ ਜਿਹੜਾ ਉਹ ਤਿਆਰ ਹੋਇਆ ਹਰਿਆਣੀ ਮਾਲਣ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਤੇ ਉਸ ਦੇ ਪਰਿਵਾਰ ਦੀ ਵਡਿਆਈ ਕਿਵੇਂ ਦੱਸੀ ਗਈ ਹੈ ਉਨਦੇ ਪਰਿਵਾਰ ਦੀ ਕਿਸ ਤਰ੍ਹਾਂ ਵੜਿਆਈ ਕੀਤੀ ਗਈ ਹੈ ਸਿੱਤ ਕੀਤੀ ਗਈ ਹੈ ਠੀਕ ਹੈ ਇਹ ਦੇਖੋ ਵਿਆਹ ਜਾਣ ਵਾਲਾ ਮੁੰਡਾ ਜਨਮ ਤੋਂ ਹੀ ਘਰ ਨੂੰ ਖੁਸ਼ਹਾਲੀ ਨਾਲ ਭਰਨ ਵਾਲਾ ਤੇ ਭਾਗਾ ਭਰਿਆ ਸੀ ਪਹਿਲੇ ਪ੍ਰਸ਼ਨ ਵਾਲੀ ਉਹੀ ਲਾਈਨ ਆ ਗਈ ਤੇ ਉਸ ਨੂੰ ਖੜਾਉਣ ਲਈ ਦਾਈਆਂ ਮਾਈਆਂ ਤੇ ਭੈਣਾ ਸਨ ਤੇ ਉਸ ਦੇ ਜਨਮ ਉੱਤੇ ਦਾਈਆਂ ਤੇ ਮਾਈਆਂ ਨੂੰ 5-5 ਰੁਪਏ ਮਿਲੇ ਸਨ ਤੇ ਭੈਣਾਂ ਨੂੰ ਰੇਸ਼ਮ ਦੇ ਤੇਵਰ ਤੇ ਇਸ ਮੁੰਡੇ ਨੇ ਵਿਆਹ ਸਮੇਂ ਉਹਨਾਂ ਦੇ ਘਰ ਉੱਤੇ ਤੰਬੂ ਤੇ ਸਬਜ ਕਨਾਤਾਂ ਲੱਗੀਆਂ ਹੋਈਆਂ ਸਨ ਵੀ ਮੁੰਡੇ ਦੇ ਵਿਆਹ ਦੇ ਉੱਤੇ ਤੰਬੂ ਲੱਗੇ ਹੋਏ ਸੀ ਘਰ ਦੇ ਵਿੱਚ ਤੇ ਸਬਜ ਕਨਾਤਾਂ ਜਾਨੀ ਹਰੇ ਰੰਗ ਦੀਆਂ ਕਨਾਤਾਂ ਲੱਗੀਆਂ ਹੋਈਆਂ ਸੀ ਤੇ ਮਾਲਨ ਵਿਆਹਦੜ ਮੁੰਡੇ ਲਈ 2 ਲੱਖ ਫੁੱਲਾਂ ਦਾ ਹਾਰ ਬੁੰਦ ਕੇ ਲਿਆਈ ਸੀ ਜਿਸ ਦਾ ਮੁੱਲ ਉਹ 3 ਲੱਖ ਰੁਪਏ ਦੱਸਦੀ ਸੀ ਠੀਕ ਹੈ ਤੇ ਮੈਂ ਬਲਿਹਾਰੀ ਵੇ ਮਾਂ ਦਾ ਸੁਰਜਣਾ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫਤ ਕਿਵੇਂ ਕੀਤੀ ਗਈ ਹੈ ਦੇਖੋ ਸਾਰੀਆਂ ਘੋੜੀਆਂ ਦੇ ਵਿੱਚ ਮੁੰਡੇ ਦੀ ਹੀ ਸਿਫਤ ਕੀਤੀ ਜਾਂਦੀ ਹੈ ਕਿਉਂਕਿ ਮੁੰਡੇ ਦੇ ਵਿਆਹ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਤੇ ਇਹਦੇ ਵਿੱਚ ਦੇਖੋ ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਸਰਦਾਰਾਂ ਤੇ ਅਮੀਰਾਂ ਨਾਲ ਉੱਠਣ ਬੈਠਣ ਵਾਲਾ ਦੱਸ ਕੇ ਉਸ ਨੂੰ ਨਵਾਬਾਂ ਦੇ ਘਰ ਵਿਆਹੇ ਜਾਣ ਵਾਲਾ ਦੱਸ ਕੇ ਉਸ ਦੀ ਘੋੜੀ ਕਲੰਗੀ ਵਾਲੇ ਚੀਰੇ ਚੰਬੇ ਜੁਗਨੀਆਂ ਵਾਲੇ ਕੈਂਠੇ ਤਣੀਆਂ ਵਾਲੇ ਪਹਿਰਾਵੇ ਤੇ ਤਿੱਲੇ ਵਾਲੀ ਜੁੱਤੀ ਦੀ ਪ੍ਰਸ਼ੰਸਾ ਕਰਕੇ ਉਸ ਦੀ ਸਿਫਤ ਕੀਤੀ ਗਈ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਸਿਫਤ ਕੀਤੀ ਹੈ ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਬਾਰੇ ਕੀ ਕੁਝ ਕਿਹਾ ਗਿਆ ਤਾਂ ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਨੂੰ ਦੇਖੋ 1.5 ਹਜ਼ਾਰ ਤਨੀਆਂ ਨਾਲੋਂ ਬਣਿਆ ਦੱਸਿਆ ਗਿਆ ਤੇ ਉਸ ਦੇ ਸਿਰ ਉੱਤੇ 1.5 ਹਜ਼ਾਰ ਦੇ ਮੁੱਲ ਦੀ ਕਲਗੀ ਵਾਲਾ ਸੁੰਦਰ ਚੀਰਾ ਤੇ ਉਸ ਦੇ ਗਾਲ ਵਿੱਚ ਬਹੁਮੁੱਲੀਆਂ ਜੋਗਣੀਆਂ ਨਾਲ ਸਜਿਆ ਕੈਂਠਾ ਪਾਇਆ ਵਾ ਤੇ ਉਸ ਦੇ ਪੈਰੀਂ ਬਹੁਮੁੱਲੇ ਤਿੱਲੇ ਵਾਲੇ ਜੁੱਤੀ ਪਾਈ ਵੀ ਹੈ ਬਹੁਮੁੱਲਾ ਬਹੁਤ ਜ਼ਿਆਦਾ ਮੁੱਲ ਹੈ ਜਿਹੜੀ ਚੀਜ਼ ਦਾ ਉਹ ਜੀ ਜੁੱਤੀ ਉਹਦੇ ਪੈਰਾਂ ਦੇ ਵਿੱਚ ਪਾਈ ਵੀ ਹੈ ਮੈਂ ਬਲਿਹਾਰੀ ਵੇ ਮਾਂ ਦੇਆ ਸੁਰਜਣਾ ਘੋੜੀ ਵਿੱਚ ਕਿਸ ਸ਼ਾਨ ਦੇ ਕਿਸ ਸ਼ਾਨ ਨਾਲ ਜੰਝ ਚੜਨਾ ਲਈ ਕਿਹਾ ਗਿਆ ਤੇ ਕਿਹੜੀ ਸ਼ਾਨ ਨਾਲ ਕਿਹਾ ਗਿਆ ਦੇਖੋ ਅਮੀਰਾਂ ਵਜ਼ੀਰਾਂ ਤੇ ਸਰਦਾਰਾਂ ਦੀ ਜਾਨ ਜਿਹੜੀ ਉਹ ਸ਼ਾਨ ਨਾਲ ਚੜਨ ਲੈ ਕੇ ਆ ਗਿਆ ਕਿਉਂਕਿ ਅੱਗੇ ਵੀ ਨਵਾਬਾਂ ਦੇ ਘਰ ਟੁੱਕਣਾ ਹੈ ਜਣੀ ਜਿੱਥੇ ਵਿਆਹ ਜਾਣਾ ਉਹ ਵੀ ਨਵਾਬ ਹੈ ਤੇ ਆਪ ਵੀ ਅਮੀਰ ਵਜ਼ੀਰ ਤੇ ਸਰਦਾਰ ਹੈ। ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਸੇਹਰਾ ਕਿਸ ਦੇ ਸਿਰ ਤੇ ਸਜਾਇਆ ਗਿਆ ਤਾਂ ਵਿਆਨਦੜ ਮੁੰਡੇ ਦੇ ਸਿਰ ਤੇ ਹੈ ਜਿਹੜਾ ਸੇਹਰਾ ਉਹ ਸਜਾਇਆ ਗਿਆ। ਮੱਥੇ ਤੇ ਚਮਕਣ ਵਾਲ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਮੱਥੇ ਤੇ ਚਮਕਣ ਵਾਲ ਮੇਰੇ ਬੰਣੜੇ ਦੇ ਠੀਕ ਹੈ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਸ਼ਗਨਾਂ ਦਾ ਗਾਣਾ ਤੇ ਮਹਿੰਦੀ ਕਿਸ ਦੇ ਲਈ ਜਾਂਦੀ ਹੈ ਤਾਂ ਇਹ ਵੀ ਵਿਆਨਦੜ ਮੁੰਡੇ ਦੇ ਸਜਾਈ ਜਾਂਦੀ ਹੈ ਲਾਈ ਜਾਂਦੀ ਹੈ ਨਿੱਕੀ ਜਹੀ ਬੰਨੋਂ ਤੋਂ ਕੀ ਭਾਵ ਹੈ ਨਿੱਕੀ ਜਹੀ ਬੰਨੋਂ ਦੇਖੋ ਵਿਆਹ ਕਿ ਲਿਆਂਦੀ लाੜੀ ਨੂੰ ਕਿਹਾ ਗਿਆ ਛੋਟੇ ਕੁਐਸਚਨਾਂ ਦੇ ਵਿੱਚ ਵੀ ਇਹ ਕੁਐਸਚਨ ਆਇਆ ਤੇ ਹੁਣੇ ਵੱਡਿਆਂ ਦੇ ਵਿੱਚ ਵੀ ਹੈ ਮੱਥੇ ਤੇ ਚਮਕਣ ਵਾਲ ਘੋੜੀ ਵਿੱਚ ਡੋਲਾ ਲਿਆਉਣ ਤੋਂ ਬਾਅਦ ਪਾਣੀ ਕੌਣ ਵਾਰ ਕੇ ਪਿੰਦਾ ਤਾਂ ਵਿਆਨਦੜ ਮੁੰਡੇ ਦੀ ਮਾਂ ਹੈ ਜਿਹੜੀ ਉਹ ਪਾਣੀ ਵਾਰ ਕੇ ਪਿੰਦੀ ਹੈ ਅਗਲਾ ਪ੍ਰਸ਼ਨ ਦੇਖੋ ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਰਿਵਾਰ ਦੀ ਖੁਸ਼ਹਾਲੀ ਕਿਵੇਂ ਦੱਸੀ ਗਈ ਹੈ ਤੇ ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਦੀ ਜਿਹੜੀ ਖੁਸ਼ਹਾਲੀ ਉਹਦੇ ਪਰਿਵਾਰ ਦੀ ਦਰਸਾਉਣ ਦੇ ਲਈ ਉਸਨੇ ਦੇਖਾਰ ਨੂੰ ਜਣੀ ਮਹਿਲ ਦੱਸਿਆ ਗਿਆ ਤੇ ਉਹਦਾ ਬਾਬਾ ਜਿਹੜਾ ਉਹ ਪੈਸੇ ਸੁੱਟਣ ਲਈ ਧੰਮਾਂ ਦੀ ਬੋਰੀ ਫੜਦਾ ਤੇ ਉਹਦਾ ਬਾਪ ਹੈ ਜਿਹੜਾ ਉਹ ਹਾਥੀਆਂ ਦੇ ਸੰਗਲ ਫੜ ਕੇ ਉਸ ਨੂੰ ਉਹਨਾਂ ਨੂੰ ਜੰਨ ਵਿੱਚ ਸ਼ਾਮਿਲ ਕਰਦਾ ਤੇ ਵਿਆਂਧੜ ਆਪ ਹੈ ਜਿਹੜਾ ਉਹ ਨੀਲੀ ਘੋੜੀ ਦੇ ਉੱਤੇ ਸਵਾਰ ਹੁੰਦਾ ਠੀਕ ਹੈ ਜਣੀ ਹਾਥੀਆਂ ਘੋੜਿਆਂ ਦੇ ਨਾਲ ਜਦੋਂ ਉਹਨਾਂ ਦੀ ਜੰਨ ਜਿਹੜੀ ਉਹ ਟੁਕਦੀ ਹੈ ਇਸ ਕਰਕੇ ਉਹਦੇ ਇੱਥੇ ਖੁਸ਼ਹਾਲੀ ਦੱਸੀ ਗਈ ਹੈ ਵੀ ਉਹ ਬਹੁਤ ਜ਼ਿਆਦਾ ਅਮੀਰ ਘਰ ਦਾ ਮੁੰਡਾ ਨਿੱਕੀ ਨਿੱਕੀ ਬੁੰਦੀ ਘੋੜੀ ਵਿੱਚ ਵਿਆਹ ਵਾਲੇ ਮੁੰਡੇ ਦੀ ਭੈਣ ਤੇ ਪਰਝਾਈ ਕੀ ਕੀ ਰਸਮਾਂ ਕਰਦੀਆਂ ਤਾਂ ਇਸ ਘੋੜੀ ਵਿੱਚ ਭੈਣਾ ਜਿਹੜੀ ਉਹ ਵਿਆਨਦੜ ਮੁੰਡੇ ਦੀ ਸਵਾਰੀ ਵਾਲੀ ਘੋੜੀ ਦੀ ਬਾਗ ਫੜਦੀ ਹੈ ਤੇ ਉਸ ਨੂੰ ਪੀਲੀ ਪੀਲੀ ਦਾਲ ਚਾੜਦੀ ਹੈ ਪੀਲੇ ਰੰਗ ਦੀ ਦਾਲ ਖਵਾਉਂਦੀ ਹੈ ਤੇ ਪਰਝਾਈ ਆਪਣੇ ਵਿਆਨਦੜ ਦਿਔਰ ਨੂੰ ਜਣੀ ਆਪਦੇ ਦਿਔਰ ਹੁੰਦਾ ਨਾ ਪਰਝਾਈ ਦਾ ਤੇ ਉਹ ਮੁੰਡੇ ਦੀਆਂ ਅੱਖਾਂ ਦੇ ਵਿੱਚ ਸੁਰਮਾ ਪਾਉਂਦੀ ਹੈ ਅੱਗੇ ਦੇਖੋ ਨਿੱਕੀ ਨਿੱਕੀ ਬੁੰਦੀ ਨਾਂ ਦੀ ਘੋੜੀ ਵਿੱਚ ਮਾਂ ਕਦੋਂ ਪਾਣੀ ਵਾਰ ਕੇ ਪਿੰਦੀ ਹੈ ਤਾਂ ਕਦੋਂ ਪਿੰਦੀ ਹੈ ਜਦੋਂ ਮੁੰਡਾ ਬੋਟੀ ਨੂੰ ਵਿਆਹ ਕੇ ਘਰ ਲੈ ਆਉਂਦਾ ਤਾਂ ਮਾਂ ਜਿਹੜੀ ਉਹ ਦੋਨਾਂ ਦੇ ਉੱਪਰ ਦੀ ਪਾਣੀ ਵਾਰ ਕੇ ਪਿੰਦੀ ਹੈ ਨਿੱਕੇ ਨਿੱਕੇ ਬੂੰਦੀਆਂ ਨਾਲ ਦੀ ਘੋੜੀ ਵਿੱਚ ਪ੍ਰਕਿਰਤੀ ਨੂੰ ਵਿਆਹ ਦੀ ਖੁਸ਼ੀ ਨਾਲ ਕਿਵੇਂ ਜੋੜਿਆ ਗਿਆ ਤਾਂ ਦੇਖੋ ਕਿਵੇਂ ਜੋੜਿਆ ਗਿਆ ਕੁਦਰਤ ਨੂੰ ਵੀ ਕੁਦਰਤ ਨੂੰ ਨੂੰ ਇਹਦੇ ਵਿੱਚ ਪਾਈਵਾਲ ਬਣਾਇਆ ਗਿਆ ਠੀਕ ਹੈ ਤੇ ਉਹਦੇ ਵਿੱਚ ਕੀ ਹੈ ਵਿਆਹ ਦੀ ਸ਼ਾਨ ਸ਼ੌਕਤ ਵਧਾਉਣ ਵਾਲੀ ਵੀ ਉਸ ਨੂੰ ਦੱਸਿਆ ਗਿਆ ਤੇ ਇਸ ਦੇ ਨਾਲ ਹੀ ਵਿਆਹ ਦਾ ਦ੍ਰਿਸ਼ ਚਿੱਤਰਣ ਵੀ ਸਹਾਈ ਹੈ ਦੇਖੋ ਇਹਦੇ ਵਿੱਚ ਜਿਵੇਂ ਉਹਨਾਂ ਲਿਖਿਆ ਨਿੱਕੀ ਨਿੱਕੀ ਬੂੰਦੀ ਵੇ ਨਿੱਕਿਆ ਮੀਂਹ ਵਰੇ ਬੇ ਨਿੱਕਿਆ ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ਤੇ ਇਸੇ ਤਰ੍ਹਾਂ ਹੀ ਕਿਹਾ ਵਿਆਹ ਵਿੱਚ ਹਾਥੀ ਨੀਲੀ ਘੋੜੀ ਤੇ ਪੀਲੀ ਧਾਲ ਵਿਆਹ ਦੀ ਸ਼ਾਨ ਸ਼ੌਕਤ ਨੂੰ ਵਧਾਉਂਦੇ ਆ ਤੇ ਉਸ ਦਾ ਦ੍ਰਿਸ਼ ਚਿੱਤਰਣ ਕਰਦੇ ਆ ਤੇ ਪਾਣੀ ਵਾਰ ਕੇ ਪੀਣਾ ਵੀ ਵਿਆਹ ਦਾ ਦ੍ਰਿਸ਼ ਚਿੱਤਰਣ ਦੇ ਰੂਪ ਵਿੱਚ ਸ਼ਾਮਿਲ ਹੈ ਨਿੱਕੀ ਨਿੱਕੀ ਬੂੰਦੀ ਨਾਂ ਦੀ ਘੋੜੀ ਵਿੱਚ ਕੁਝ ਰੰਗਾਂ ਦੇ ਨਾਂ ਖੁਸ਼ੀ ਦੇ ਵਾਤਾਵਰਨ ਨੂੰ ਪ੍ਰਗਟ ਕਰਨ ਲਈ ਦੁਹਰਾਏ ਗਏ ਆ ਦੱਸੋ ਕਿਵੇਂ ਜਿਵੇਂ ਦੇਖੋ ਨੀਲੀ ਨੀਲੀ ਘੋੜੀ ਹੈ ਨਾ ਪੀਲੀ ਪੀਲੀ ਦਾਲ ਰੱਤਾ ਰੱਤਾ ਡੋਲਾ ਇਹ ਸਾਰੇ ਜਿਹੜੇ ਸ਼ਬਦ ਹੈ ਇਹ ਵਰਤੇ ਗਏ ਆ ਵਾਤਾਵਰਨ ਨੂੰ ਪ੍ਰਗਟ ਕਰਨ ਦੇ ਲਈ ਖੁਸ਼ੀ ਦੇ ਵਾਤਾਵਰਨ ਨੂੰ ਪ੍ਰਗਟ ਕੀਤਾ ਇੱਥੇ ਸਤਗੁਰਾਂ ਕਾਜ ਸਵਾਰਿਆ ਹੀ ਘੋੜੀ ਵਿੱਚ ਭੈਣਾ ਕਿਸ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ ਤਵੀਰ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਫਿਰ ਸਤਗੁਰ ਕਾਜ ਸਵਾਰਿਆਈ ਘੋੜੀ ਵਿੱਚ ਭਾਬੀਆਂ ਕਿਸ ਨੂੰ ਘੋੜੀ ਚੜਾਉਂਦੀਆਂ ਤਾਂ ਭਾਬੀਆਂ ਆਪਣੇ ਦੇਵਰ ਨੂੰ ਘੋੜੀ ਚੜਾਉਂਦੀਆਂ ਫਿਰ ਫਿਰ ਸਤਗੁਰਾਂ ਕਾਜ ਸਵਾਰਿਆਈ ਘੋੜੀ ਵਿੱਚ ਵੀਰ ਦੇ ਸਿਰੇ ਦੀਆਂ ਕਲੀਆਂ ਕੌਣ ਚੁੰਮਦਾ ਤਾਂ ਉਸਦੀ ਸੱਸ ਹੈ ਜਿਹੜੀ ਉਹ ਉਸ ਦੇ ਸਿਰੇ ਦੀਆਂ ਕਲੀਆਂ ਚੁੰਮਦੀ ਹੈ ਜੇ ਤੁਸੀਂ ਇਸ ਘੋੜੀ ਨੂੰ ਧਿਆਨ ਨਾਲ ਪੜਿਆ ਹੋਵੇਗਾ ਤਾਂ ਤੁਹਾਨੂੰ ਸਾਰਾ ਆਪਣੀਆਂ ਪਿਆਦ ਆ ਜਾਏਗਾ ਕਿ ਕਿਹਨੇ ਕਿ ਸ਼ਿੰਗਾਰਿਆ ਹੈ ਕਿਨੇ ਕੋੜੀ ਚੜਾਇਆ ਤੇ ਕਿਨੇ ਉਸ ਦੀਆਂ ਕਲੀਆਂ ਨੂੰ ਚੁੰਮੇ ਇਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਪ੍ਰਸ਼ਨ ਯਾਦ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ